ਕਿੱਦਾਂ ਲੱਗੀ ਕੈਰੀਅਨ ਦੇ ਟੱਟੂ? ਬੜੀ ਅੱਛੀ ਸੀ, ਚੰਗੀ ਸੀ, ਵੰਡਰਫੁਲ। ਕਿੱਦਾਂ ਲੱਗੀ ਕੈਰੀਅਨ ਦੇ ਟੱਟੂ? ਅੱਛੀ ਸਰ, ਤੁਹਾਨੂੰ ਕਿੱਦਾਂ ਲੱਗੀ? ਬਹੁਤ ਵਧੀਆ, ਬਹੁਤ ਗੁੱਡ ਮੂਵੀ ਮੈਮ, ਐਕਸਲੈਂਟ ਮੂਵੀ, ਇਟਸ ਮਸਟ ਵਾਚ, ਮਸਟ ਵਾਚ, ਜ਼ਰੂਰ ਦੇਖਣੀ ਚਾਹੀਦੀ। ਬਹੁਤ ਸੋਹਣੀ ਹੈ, ਬਹੁਤ ਵਧੀਆ ਲੱਗੀ ਵੀਰੇ। ਤੁਸੀਂ ਵੀ ਦੱਸਦੇ ਮੂਵੀ ਯਾਰ, ਬਹੁਤ ਵਧੀਆ ਪਸੰਦ ਆਈ, ਬਹੁਤ ਵਧੀਆ। ਮੈਮ ਕਿੱਦਾਂ ਲੱਗੀ ਫਿਲਮ? ਇਟ ਵਾਸ ਗੁੱਡ, ਨਾਈਸ। ਪਹਿਲੀ ਨਾਲੋਂ ਖੜੀ ਉਤਰੀ ਪਹਿਲੀ? ਦੂਜੀ ਆਈ ਥਿੰਕ ਫਸਟ ਜ਼ਿਆਦਾ ਅੱਛੀ ਸੀਗੀ, ਬਹੁਤ ਵਧੀਆ, ਟੂ ਗੁੱਡ, ਟੂ ਗੁੱਡ, ਟੂ ਗੁੱਡ। ਪਹਿਲੀ ਨਾਲੋਂ ਜ਼ਿਆਦਾ ਬੈਟਰ ਹੈ ਮੇਰੇ ਖਿਆਲ ਨਾਲ ਮੂਵੀ ਇਸ ਵਾਰੀ। ਤੁਹਾਨੂੰ ਕਿੱਦਾਂ ਲੱਗੀ? ਬਹੁਤ ਵਧੀਆ, ਆਈ ਇੰਜੋਇਡ ਅ ਲੋਟ। ਮੈਮ ਕੈਸੀ ਲੱਗੀ ਫਿਲਮ? ਬਹੁਤ ਅੱਛੀ, ਵੈਰੀ ਨਾਈਸ, ਗੰਦੀ ਔਲਾਦ ਦਾ ਮਜ਼ਾ ਨਾ ਸਵਾਦ। ਬਹੁਤ ਵਧੀਆ ਲੱਗੀ ਜੀ, ਕਾਮੇਡੀ ਬਹੁਤ ਵਧੀਆ, ਮਜ਼ਾ ਆ ਗਿਆ, ਮਤਲਬ ਸ਼ੁਰੂ ਤੋਂ ਲੈ ਕੇ ਐਂਡ ਤੱਕ ਇੱਕ ਮਿੰਟ ਵੀ ਸਾਡੀ ਹਾਸੀ ਨਹੀਂ ਰੁਕੀ, ਸਾਡਾ ਹਾਸਾ ਨਹੀਂ ਰੁਕਿਆ। ਭਾਜੀ ਬਹੁਤ ਵਧੀਆ ਮੂਵੀ ਆ, ਬਹੁਤ ਵਧੀਆ, ਮਜ਼ਾ ਆ ਗਿਆ ਦੇਖ ਕੇ, ਫੁੱਲ ਔਨ ਐਂਟਰਟੇਨਮੈਂਟ, ਲਵ ਰਾਈਟ, ਇਟਸ ਅ ਲਵ ਰਾਈਟ ਐਂਡ ਵਨ ਆਫ ਦ ਬੈਸਟ ਆਈ ਥਿੰਕ ਇਵਨ ਬੈਟਰ ਦੈਨ ਕੈਰੀ ਔਨ ਜੱਟਾ 1। ਪਹਿਲੀ ਵੀ ਬਹੁਤ ਸੋਹਣੀ ਸੀ, ਦੂਜੀ ਬਹੁਤ ਸੋਹਣੀ, ਬਹੁਤ ਕਾਮਯਾਬ ਫਿਲਮ ਹੈ ਜੀ, ਬਹੁਤ ਕਾਮਯਾਬ, ਬਹੁਤ ਹੀ ਅੱਛੀ ਫਿਲਮ, ਬਹੁਤ ਹੀ ਸ਼ਾਨਦਾਰ, ਬਹੁਤ ਵਧੀਆ ਭਾਜੀ, ਬਹੁਤ ਪੂਰੀ ਪੂਰੀ ਹੈ, ਐਂਡਿੰਗ ਬਹੁਤ ਜ਼ਬਰਦਸਤ ਸੀ ਭਾਜੀ, ਬਹੁਤ ਵਧੀਆ, ਬਹੁਤ ਵਧੀਆ, ਆਫਟਰ ਲੌਂਗ ਟਾਈਮ ਮੈਨੂੰ ਲੱਗਦਾ ਮੈਂ ਇੰਨਾ ਹੱਸਿਆ ਹੋਵਾਂਗਾ, ਤਾਂ ਜ਼ਰੂਰ ਦੇਖਣੀ ਚਾਹੀਦੀ ਹੈ। ਆਈ ਥਿੰਕ ਹੱਸ ਹੱਸ ਕੇ ਪਾਗਲ ਹੋ ਗਿਆ ਤਾਂ ਮੈਂ ਵੀ ਹੱਸ ਹੱਸ ਕੇ ਪਾਗਲ ਹੋ ਗਿਆ। ਸਰ ਕਿੱਦਾਂ ਲੱਗੀ ਤੁਹਾਨੂੰ? ਮੂਵੀ ਵਾਸ ਵੈਰੀ ਔਸਮ ਹੈ ਯਾਰ, ਮਤਲਬ ਰੀਲੀ ਮਸਟ ਵਾਚ ਹੈਗਾ, ਅਤੇ ਆਈ ਹੋਪ ਜਿੰਨੇ ਵੀ ਪੰਜਾਬੀ ਹੈਗੇ ਨੇ, ਆਊਟ ਆਫ ਪੰਜਾਬੀ ਲੋਕ ਵੀ ਜੋ ਪੰਜਾਬੀ ਮੂਵੀਜ਼ ਨੂੰ ਲਾਈਕ ਕਰਦੇ ਆ, ਦੇ ਆਲ ਆਰ 100% ਐਂਡ ਵਿਜ਼ਿਟ ਐਂਡ ਵਾਚ ਇਟ। ਬਹੁਤ ਵਧੀਆ ਮੂਵੀ ਹੈ, ਬਹੁਤ ਵਧੀਆ, ਜ਼ਿਆਦਾ ਹਾਊਸਫੁੱਲ ਜਾਊਗੀ, ਸੁਪਰ ਡੁਪਰ ਹਿੱਟ ਜਾਊਗੀ ਪੰਜਾਬੀ ਕਮੇਡੀ, ਫੁੱਲ ਤੜਕਾ ਪੂਰਾ, ਅਤੇ ਪਤਾ ਨਹੀਂ ਲੱਗਿਆ ਕਿਵੇਂ ਟਾਈਮ ਪਾਸ ਹੋ ਗਿਆ, ਐਂ ਜ਼ਬਰਦਸਤ ਐਂਡ ਬਲੈਸ।